ਆਪੇ ਕਾਲਜ ਆ ਰਹੀ ਆ ਹਾਂਜੀ ਭਾਬੀ ਮੈਂ ਕਾਲਜ ਚੱਲੀ ਹਾਂ ਧਿਆਨ ਨਾਲ ਕਿਉਂ ਪੜਿਆ ਕਰ ਤੂੰ ਨੌਕਰੀ ਲੱਗਣਾ ਹੈ ਠੀਕ ਹੈ ਭਾਬੀ ਠੀਕ ਹੈ ਧਿਆਨ ਨਾਲ ਜਾਈ ਚੰਗਾ ਠੀਕ ਹੈ ਬਾਪੂ ਕੀ ਕਹਿੰਦੀ ਅੱਜ ਦੀ ਅਖਬਾਰ ਅਖਬਾਰ ਨੇ ਕੀ ਕਹਿਣਾ ਪੁੱਤ ਜਦੋਂ ਵੀ ਚੱਕਦੇ ਆ ਪਹਿਲੇ ਪੰਨੇ ਤੇ ਪੰਜਾਂ ਦੀ ਖਬਰ ਹੁੰਦੀ ਆ ਦੇਖ ਘਰੇ ਜਾ ਕੇ ਕੁੱਟ ਗਏ ਨੇ ਪੰਜਾਬੀਆਂ ਨੂੰ ਪੱਗਾਂ ਤੱਕ ਪਹੁੰਚ ਗਏ ਆ ਬਾਪੂ ਸਹੀ ਗੱਲ ਹੈ ਤੇਰੀ ਇਹ ਬਈਆਂ ਨੇ ਨਾ ਪੰਜਾਬ ਦਾ ਤਾਂ ਬੇੜਾ ਗਰ ਕਰਕੇ ਰੱਖਤਾ ਬਹੁਤ ਬੁਰਾ ਹਾਲ ਹੈ ਦੇਖ ਰੋਜ਼ ਅਖਬਾਰ 'ਚ ਇਹੀ ਕੁਛ ਹੁੰਦਾ ਇਹੀ ਕੁਛ ਹੁੰਦਾ ਬਾਪੂ ਕਸੂਰ ਤਾਂ ਆਪਣੇ ਪੰਜਾਬੀਆਂ ਦਾ ਵੀ ਹੈ ਨਾ ਸਭ ਤੋਂ ਪਹਿਲਾਂ ਪੰਜਾਬੀ ਤਾਂ ਇਹਨਾਂ ਨੂੰ ਲੈ ਕੇ ਆਏ ਨੇ ਇੱਥੇ ਆਪ ਤਾਂ ਕੰਮ ਕਰਨਾ ਨਹੀਂ ਹੁੰਦਾ ਸੀ ਤੇ ਬਈਆਂ ਤੇ ਡਿਪੈਂਡ ਹੋ ਗਏ ਤੇ ਆਪਣੇ ਵਾਲੇ ਸਾਰੇ ਪੰਜਾਬੀ ਬਾਹਰ ਚਲੇ ਗਏ ਕਸੂਰ ਤਾਂ ਆਪਣੇ ਵਾਲਿਆਂ ਦੀ ਹੈ ਹੁਣ ਤਾਂ ਪੱਗਾਂ ਨੂੰ ਹੱਥ ਪਾਉਣੀਗੇ ਬਈ ਬਾਪੂ ਤੁਹਾਨੂੰ ਪਤਾ ਹੈ 80% ਵੋਟ ਲੁਧਿਆਣੇ 'ਚ ਇਹਨਾਂ ਦੀ ਹੋ ਗਈ ਅਗਲੀ ਵਾਰ MP ਵੀ ਇਹਨਾਂ ਦੀ ਬਣੇਗਾ ਪੁੱਤ ਇਹਨਾਂ ਨੂੰ ਛੱਡ ਤੂੰ ਦੱਸ ਕਿਵੇਂ ਆਇਆ ਸੀ ਉਹ ਬਾਪੂ ਮੈਂ ਤਾਂ ਐਵੇਂ ਕਹਿੰਦਾ ਸੀ ਕਿ ਤੁਸੀਂ ਆੜਤੀ ਕੋਲ ਜਾਏ ਹਾਂ ਆੜਤੀਆਂ ਕੋਲ ਜਾਇਆ ਮੈਂ ਤੇ ਵਧੀਆ ਫਸਲ ਨਿਕਲ ਗਈ ਇਸ ਵਾਰ ਕਣਕ ਐਤਕੀ ਬਹੁਤ ਵਧੀਆ ਨਿਕਲੀ ਆਪਣੀ ਠੀਕ ਹੈ ਬਾਪੂ ਮੈਂ ਤਾਂ ਐਵੇਂ ਕਹਿੰਦਾ ਸੀ ਕਿ ਆਪਾਂ ਗੱਡੀ ਨਾ ਲੈ ਲਈਏ ਆਉਣ ਜਾਣ 'ਚ ਦਿੱਕਤ ਜੀ ਹੁੰਦੀ ਹੈ ਕੋਈ ਗੱਲ ਨਹੀਂ ਪੁੱਤ ਗੱਡੀ ਲੈ ਲੈਂਦੇ ਆਪਾਂ ਠੀਕ ਹੈ ਬਾਪੂ ਕਰਾਂ ਤਿਆਰੀ ਫਿਰ ਮੈਂ ਹਾਂ ਹਾਂ ਗੱਡੀ ਕਰ ਲੈ ਕੋਈ ਮਰਜ਼ੀ ਪਸੰਦ ਕਰ ਲੈ ਠੀਕ ਹੈ ਬੇਬੇ ਨਾਲ ਸਲਾਹ ਕਰ ਲਈ ਬਾਪੂ ਕਰ ਲਾਂਗੇ ਪੁੱਤ ਉਹ ਵੀ ਜ਼ਰੂਰੀ ਹੈ ਤੇਰੀ ਮਾਂ ਨੂੰ ਤਾਂ ਪੁੱਛਣਾ ਪੈਣਾ ਚੱਲ ਠੀਕ ਹੈ ਬਾਪੂ ਮੈਂ ਚੱਲਦਾ ਠੀਕ ਹੈ ਸੁੱਖ ਹਾਂਜੀ ਇੱਕ ਮਿੰਟ ਗੱਲ ਸੁਣੀ ਮੇਰੀ ਆਈ ਜੀ ਇਹ ਬੜੇ ਖੁਸ਼ ਲੱਗ ਰਹੇ ਆ ਕਿਹੜੀ ਗੱਲ ਕਰਨੀ ਇਹਨਾਂ ਨੇ ਚੱਲ ਜਾ ਕੇ ਪੁੱਛਦੀ ਆ ਹਲੋ ਜੀ ਪਾਣੀ ਹੁਣ ਦੱਸੋ ਕੀ ਗੱਲ ਕਰਨੀ ਸੀ ਸੁੱਖ ਮੈਂ ਤਾਂ ਤੈਨੂੰ ਨਾ ਇੱਕ ਖੁਸ਼ਖਬਰੀ ਦੇਣੀ ਸੀ ਕਿਹੜੀ ਖੁਸ਼ਖਬਰੀ ਮੈਂ ਬਾਪੂ ਨਾਲ ਸਲਾਹ ਕੀਤੀ ਹੈ ਆਪਾਂ ਗੱਡੀ ਲੈ ਰਹੇ ਹਾਂ ਸੱਚੀ ਹਾਂ ਆ ਤਾਂ ਬਹੁਤ ਵਧੀਆ ਗੱਲ ਹੈ ਹੁਣ ਮੈਂ ਵੀ ਨਾ ਪੇਕੇ ਆਪਣੀ ਗੱਡੀ ਤੇ ਜਾਇਆ ਕਰਾਂਗੀ ਤੇਰੀ ਵੀ ਟੌਰ ਬਣ ਜਾਏਗੀ ਨਾਲ ਮੇਰੀ ਵੀ ਹਾਂ ਬਿਲਕੁਲ ਸਹੀ ਗੱਲ ਆ ਚੰਗਾ ਮੈਂ ਚੱਲਦਾ ਆਪਣੇ ਇੱਕ ਦੋਸਤ ਦੇ ਨਾਲ ਜਾ ਰਹੇ ਹਾਂ ਜੇ ਗੱਡੀ ਪਸੰਦ ਆ ਗਈ ਅੱਜ ਜਾਂ ਕੱਲ੍ਹ ਤੱਕ ਲੈ ਆਵਾਂਗੇ ਆਪਾਂ ਠੀਕ ਆ ਛੇਤੀ ਕਰੋ ਤੁਸੀਂ ਤਾਂ ਚੰਗਾ ਚੰਗਾ ਆ ਤਾਂ ਬਹੁਤ ਵਧੀਆ ਗੱਲ ਸੁਣਾਈ ਇਹਨਾਂ ਨੇ ਹੁਣ ਤਾਂ ਮੈਂ ਵੀ ਪੇਕੇ ਆਪਣੀ ਗੱਡੀ ਤੇ ਜਾਇਆ ਕਰੂੰਗੀ ਦੇਖੀ ਕਿੱਦਾਂ ਟੌਰ ਪਾਉਂਦੀ ਆਂਢ ਗੁਆਂਢ ਦੇਖੋ ਸਾਰਾ ਭਗਵਾਨ ਨੇ ਮੈਂ ਗੱਲ ਕਰਨੀ ਸੀ ਤੇਰੇ ਨਾਲ ਇੱਕ ਹਾਂਜੀ ਦੱਸੋ ਆਪਣਾ ਗੋਪੀ ਗੱਡੀ ਲੈਣ ਨੂੰ ਕਹਿੰਦਾ ਸੀ ਤੇ ਤੁਸੀਂ ਕੀ ਕਿਹਾ ਫਿਰ ਕਹਿਣਾ ਕੀ ਸੀ ਮੈਂ ਉਹਨੂੰ ਕਹਿਤਾ ਗੱਡੀ ਲੈ ਲਾਂਗੇ ਤੇ ਵੈਸੇ ਤੇ ਵੋਟੀ ਦੇ ਪੇਕੇ ਆਂਦੇ ਹੀ ਗੱਡੀ ਦੇਣ ਨੂੰ ਤੇ ਉਹਨਾਂ ਤੇ ਗੱਲ ਨਹੀਂ ਕੀਤੀ ਤੇ ਕਿ ਨਾਵਾਂ ਨਾ ਕੋਈ ਦਾਜ ਦਿੱਤਾ ਤੇ ਗੱਲ ਕਰਕੇ ਵੇਖਾਂ ਵੋਟੀ ਨੂੰ ਚੱਲ ਫਿਰ ਜੀ ਉਧਰੋਂ ਗੱਡੀ ਆ ਜੂਗੀ ਆਪਾਂ ਨੂੰ ਪੈਸੇ ਖਰਚ ਕਰਨ ਦੀ ਕੀ ਲੋੜ ਹੈ ਮੈਂ ਕਰਦੀ ਗੱਲ ਚੱਲ ਤੁਸੀਂ ਗੱਲ ਕਰਕੇ ਦੇਖ ਲਓ ਤੇ ਮੈਂ ਖੇਤਾਂ ਨੂੰ ਗੇੜਾ ਮਾਰਿਆ ਮੈਂ ਠੀਕ ਹੈ ਮੈਂ ਕਰਦੀ ਗੱਲ ਹੁਣੇ ਜਾ ਕੇ ਵੋਟੀ ਪੁੱਛਦੀ ਹਾਂ ਕਿਵੇਂ ਮਹਾਰਾਣੀ ਪਈ ਹੋਈ ਆ AC ਛੱਡ ਕੇ ਤੇ ਕੀ ਗੱਲ ਕੰਮ ਕੁੰਮ ਕਰ ਲਏ ਸਰ ਹਾਂਜੀ ਮੰਮੀ ਜੀ ਕੰਮ ਕਰਕੇ ਵਿਹਲੀ ਹੋ ਕੇ ਫਿਰ ਹੀ ਪਈ ਸੀ ਟਾਈਮ ਨਾਲ ਪੈ ਜਾਂਦੇ ਤਾਂ ਕੰਮ ਹੋਰ ਵੀ ਬੜੇ ਪਏ ਹੋਏ ਉਹ ਕਿੰਨੇ ਕਰਨ ਦੇ ਮੰਮੀ ਸਾਰਾ ਕੰਮ ਨਿਬੇੜ ਦਿੱਤਾ ਮੈਂ ਨਿਬੇੜ ਦਿੱਤਾ ਮੈਂ ਚਲੋ ਮੰਨ ਲਿਆ ਮੰਨ ਨਿਬੇੜ ਤਾਂ ਕੋਈ ਗੱਲ ਨਹੀਂ ਤੇ ਮੈਂ ਤੇਰੇ ਨਾਲ ਗੱਲ ਕਰਨ ਆਈ ਇੱਕ ਹਾਂਜੀ ਮੰਮੀ ਗੱਡੀ ਕਹਿ ਰਹੇ ਗੋਪੀ ਆਪਣੇ ਡੈਡੀ ਨੂੰ ਤੇ ਗੱਡੀ ਦਾ ਕੀ ਤੁਸੀਂ ਦੱਸਿਆ ਨਹੀਂ ਕੁਝ ਵੀ ਵਿਚੋਲੇ ਨੇ ਸਾਨੂੰ ਕਿਹਾ ਸੀ ਨਾ ਜਿਵੇਂ ਕਿ ਅਸੀਂ ਵਿਆਹ ਤੋਂ ਗੱਡੀ ਦੇਵਾਂਗੇ ਤੇ ਕੋਈ ਗੱਡੀ ਗੁੱਡੀ ਦਾ ਨਾਂ ਹੀ ਨਹੀਂ ਉੱਥੇ ਵਿਆਹ ਤੋਂ ਦਾ ਮੰਮੀ ਵੀਰੇ ਹੋਣੀ ਗੱਡੀ ਕਿਵੇਂ ਦੇ ਦੇਣਗੇ ਕਿਉਂ ਹਜੇ ਥੋੜ੍ਹੇ ਦਿਨ ਪਹਿਲਾਂ ਤਾਂ ਬੇਬੇ ਬਾਪੂ ਗੁਜ਼ਰੇ ਆ ਕਿੱਦਾਂ ਉਹਨਾਂ ਦਾ ਹੱਥ ਟੈਟ ਹੋਇਆ ਪਿਆ ਤੁਹਾਨੂੰ ਪਤਾ ਵੀ ਇਸ ਗੱਲ ਦਾ ਉਹ ਮੈਂ ਤੇਰੀ ਗੱਲ ਮੰਨਦੀ ਹਾਂ ਪਰ ਹੁਣ ਅਸੀਂ ਕੀ ਕਰੀਏ ਦੱਸ ਫਿਰ ਹੁਣ ਮੁੰਡਾ ਕਾਲਾ ਪਿਆ ਸਾਡਾ ਤੁਸੀਂ ਆਪਣੇ ਕੋਲ ਕਰਕੇ ਥੋੜ੍ਹਾ ਬਹੁਤਾ ਸਾਨੂੰ ਪੈਸੇ ਪੂਸੇ ਦੇ ਦਿਓ ਅਤੇ ਅਸੀਂ ਗੱਡੀ ਆਪੇ ਲੈ ਲਾਂਗੇ ਕੋਈ ਗੱਲ ਨਹੀਂ ਆਪਣੇ ਪੇਕਿਆਂ ਨੂੰ ਆਪਣੇ ਭਰਾ ਨੂੰ ਕਹਿ ਕੇ ਵੀ ਭਰਾ ਤਾਂ ਹੈਗਾ ਹੀ ਇਹਨੂੰ ਸੁੱਖਣਾ ਮੰਮੀ ਉਹ ਇੰਨਾ ਖਰਚਾ ਨਹੀਂ ਕਰ ਸਕਦੇ ਫਿਰ ਗੱਡੀ ਚਾਹੀਦੀ ਸਾਨੂੰ ਤਾਂ ਮੁੰਡਾ ਕਹਿਣ ਡਿਆ ਗੱਡੀ ਲੈਣੀ ਤਾਂ ਮੈਂ ਦੱਸ ਹੁਣ ਕੀ ਕਰਾਂ ਮੰਮੀ ਨਾ ਤੇਰਾ ਕੋਈ ਦਾਜ ਆਇਆ ਨਾ ਤੇਰਾ ਕੁਛ ਨਾ ਕੁਛ ਤੇ ਹੁਣ ਗੱਡੀ ਤੋਂ ਮੁੱਕਰਦੇ ਜਾਣ ਡਿਆ ਜੇ ਮੰਮੀ ਆ ਬੈੱਡ ਵੀ ਤਾਂ ਦਾਜ 'ਚ ਹੀ ਆਇਆ ਗਾ
ਆ ਬੈੱਡ ਆ ਇਹੋ ਜਿਹਾ ਤਾਂ ਅਸੀਂ 20 ਬੈੱਡ ਲੈ ਲਈਏ ਹੈਂ ਕੀ ਇੱਕ ਨਿੱਕੇ ਜਿਹੇ ਬੈੱਡ 'ਚ ਲਿਆ ਗਿਆ ਤੂੰ ਨਹੀਂ ਆ ਮਹਾਰਾਣੀਆਂ ਵਾਂਗ ਬਣ ਕੇ ਬਹਿ ਜਾਂਦੀ ਟਾਈਮ ਨਾਲ ਬੈੱਡ 'ਤੇ ਹੈਂ ਸਾਨੂੰ ਗੱਡੀ ਚਾਹੀਦੀ ਸਾਡੇ ਘਰ ਦੇ ਕਲੇਸ਼ ਪੈਣਾ ਤੈਨੂੰ ਦੱਸਾਂ ਮੈਂ ਸਾਨੂੰ ਗੱਡੀ ਚਾਹੀਦੀ ਆਪਣੇ ਭਰਾ ਨੂੰ ਕਹਿ ਸਾਨੂੰ ਪੈਸਾ ਤਾਂ ਕਿਤੇ ਨਾ ਕਿਤੇ ਕਰਕੇ ਦੇ ਦਿਓ ਸਾਨੂੰ ਪੈਸੇ ਜਿਹੜੇ ਨਹੀਂ ਤਾਂ ਤੂੰ ਜਾਣੀ ਤਾਂ ਫਿਰ ਜਾਣ ਤੇਰਾ ਕੰਮ ਜਾਣੇ ਮੈਨੂੰ ਨਾ ਜਵਾਬ ਦੇ ਛੇਤੀ ਪੁੱਛ ਵਾ ਸੀ ਆਪਣੇ ਭਰਾ ਕੋਲੋਂ ਪੈਸੇ ਲਿਆ ਕੇ ਦੇ ਸਾਨੂੰ ਹਾਂ ਮੈਂ ਮੇਰੇ ਨੂੰ ਕਿਵੇਂ ਕਹਿ ਦਾ ਮਸਾਂ ਤੋਂ ਨਾ ਮੇਰਾ ਵਿਆਹ ਕੀਤਾ ਗਾ ਮੈਂ ਨਹੀਂ ਕਹਿੰਦੀ ਆ ਕਿੰਨਾ ਕੁ ਦੁਖੀ ਕਰੀ ਜਾਊਂਗੀ ਉਹਨਾਂ ਨੂੰ ਮੈਂ ਇਹਨਾਂ ਦੀ ਡਿਮਾਂਡ ਕੋਈ ਨਾ ਕੋਈ ਰਹਿੰਦੀ ਆ ਹਾਂ ਤੇ ਹੈ ਹਾਂ ਮੰਮੀ ਹੋਰ ਪੜ੍ਹਾਈ ਸਹੀ ਚੱਲਦੀ ਪੜ੍ਹਾਈ ਤਾਂ ਸਹੀ ਚੱਲਦੀ ਅੱਜ ਤੁਸੀਂ ਕਿਵੇਂ ਮੂਡ ਆਫ ਕਰੀ ਬੈਠੇ ਹੋ ਪਾਣੀ ਪੀਣਾ ਪਾਣੀ ਨਹੀਂ ਕੋਈ ਨਾ ਪਾਣੀ ਤਾਂ ਮੈਂ ਪੀ ਲੂੰਗੀ ਮੂਡ ਆਫ ਕੀ ਕਰਨਾ ਗੱਡੀ ਦੀ ਗੱਲ ਚੱਲਣ ਦੀ ਆ ਗੋਪੀ ਗੱਡੀ ਲੈਣ ਨੂੰ ਫਿਰਦਾ ਵਾ ਅੱਛਾ ਹਾਂ ਵੀਰਾ ਮੈਨੂੰ ਵੀ ਕਹਿ ਰਿਹਾ ਸੀ ਗੱਡੀ ਵਾਸਤੇ ਸੁੱਖ ਦੇ ਪੇਕਿਆਂ ਨੇ ਤਾਂ ਕਿਹਾ ਹੋਇਆ ਸੀ ਵੀ ਗੱਡੀ ਅਸੀਂ ਦਾਂਗੇ ਅਤੇ ਮੁੜ ਕੇ ਉਹਨਾਂ ਨੇ ਗੱਲ ਹੀ ਨਹੀਂ ਕੀਤੀ ਅਤੇ ਸਾਨੂੰ ਆਉਂਦਾ ਲੈ ਕੇ ਤਾਂ ਆਪਾਂ ਕਿੱਥੇ 8-10 ਲੱਖ ਦੀ ਲਾਂਗੇ ਗੱਡੀ ਆਪਣੇ ਕੋਲ ਥੋੜ੍ਹੀ ਲਈ ਜਾਣੀ ਅਤੇ ਮੰਮੀ ਉਹਨੇ ਦਿੱਤਾ ਵੀ ਕੀ ਹੈ ਇੱਕ ਗੱਡੀ ਤਾਂ ਮੰਗੀ ਆਪਾਂ ਜੇ ਲੈ ਵੀ ਆਊਗੀ ਤਾਂ ਉਹਨੇ ਮਹਾਰਾਣੀ ਬਣ ਕੇ ਬੈਠਣਾ ਆਪਾਂ ਨੂੰ ਤਾਂ ਬੈਠਣ ਨਹੀਂ ਦੇਣਾ ਕੀ ਕਰੀਏ ਫਿਰ ਅਰਮਾਨ ਨਾਲ ਬੈਠੀ ਰਹਿੰਦੀ ਆ ਜੜ ਕੇ ਬੈਠ ਕੇ ਸਵੇਰ ਤੋਂ ਲੈ ਕੇ ਬੈਠੀ ਰਹਿੰਦੀ ਆ ਮਹਾਰਾਣੀ ਬਣ ਕੇ ਬੈਠੀ ਰਹਿੰਦੀ ਆ ਅਤੇ ਕੰਮ ਵੀ ਨਹੀਂ ਕੋਈ ਕਰਦੀ ਅਤੇ ਰੋਹ ਵੀ ਪੂਰਾ ਰੱਖਦੀ ਆ ਭਾਬੀ ਨਾਲ ਗੱਲ ਕੀਤੀ ਤੁਸੀਂ ਭਾਬੀ ਨਾਲ ਕੀਤੀ ਮੈਂ ਗੱਲ ਅਤੇ ਮੇਰੇ ਪੇਕੇ ਬੜੇ ਗਰੀਬ ਆ ਮੇਰਾ ਭਰਾ ਬੜਾ ਗਰੀਬ ਆ ਮੇਰਾ ਮਾਂ ਪਿਓ ਹੈ ਨਹੀਂ ਗਰੀਬ ਆ ਤਾਂ ਇਹੀ ਕਰੀਏ ਮੈਂ ਚਾਹੀਦੀ ਗੱਡੀ ਆਖੀ ਗਰੀਬ ਹੋਵੇ ਨਾ ਹੋਵੇ ਜਿਹੜਾ ਕੁਛ ਅਸੀਂ ਮੰਗਿਆ ਸਾਡੀ ਮੰਗ ਪੂਰੀ ਕੀਤੀ ਜਾਵੇ ਉਹਨੂੰ ਕਹਿ ਮੈਂ ਕਹੂੰਗੀ ਗੱਲ ਕੀਤੀ ਆ ਵੇਖੋ ਕੀ ਕਰਦੀ ਮੈਂ ਚੁੱਪ ਹੀ ਕਰਦੀ ਬੋਲੀ ਨਹੀਂ ਮੇਰੇ ਨਾਲ ਵੈਸੇ ਵੀ ਮੰਮੀ ਮੈਨੂੰ ਭਾਬੀ ਚੰਗੀ ਨਹੀਂ ਲੱਗਦੀ ਹੈਗੀ ਸਾਰਾ ਦਿਨ ਮੇਰੇ 'ਤੇ ਰੋਹ ਮਾਰਦੀ ਰਹਿੰਦੀ ਹੈ ਹੁਣ ਮੈਂ ਘਰ ਦਾ ਕੰਮ ਕਰਾਂ ਕਿਵੇਂ ਪੜ੍ਹਾਂ ਮੇਰੇ ਤੋਂ ਨਹੀਂ ਹੁੰਦਾ ਨਹੀਂ ਪੁੱਤ ਤੂੰ ਕਿਉਂ ਘਰ ਦਾ ਕੰਮ ਕਰਨਾ ਘਰ ਉਹ ਨਾ ਕਰੂੰ ਘਰ ਦਾ ਕੰਮ ਉਹ ਕੀ ਕਰਦੀ ਤੂੰ ਪੜ੍ਹਨਾ ਤੂੰ ਪੜ੍ਹ ਕੇ ਅਤੇ ਆਪਣੀ ਵਧੀਆ ਨੌਕਰੀ ਕਰਨੀ ਹੈ ਆਪ ਹੀ ਕਰਿਆ ਨਾ ਕੰਮ ਕਰਿਆ ਆਪ ਹੀ ਕਰ ਲਊਗੀ ਕਰਦਾ ਹਾਂ ਚੱਲ ਠੀਕ ਹੈ ਮੰਮੀ ਮੈਂ ਵੀ ਜਾ ਕੇ ਰੈਸਟ ਕਰਦੀ ਹਾਂ ਕੋਈ ਗੱਲ ਨਹੀਂ ਤੂੰ ਕਰ ਰੈਸਟ ਫਿਰ ਗੱਲ ਕਰਾਂਗੇ ਫਿਰ ਚੰਗਾ ਆਪ ਹੀ ਲਿਆਓਗੀ ਲਿਆਓਗੀ ਜਾਣਾ ਕੀ ਕਰਦਾ ਮੇਰਾ ਪੁੱਤ ਖੇਡਣ ਡਿਆ ਹੈ ਹੈ ਕੀ ਕਰਦਾ ਮੇਰਾ ਪੁੱਤ ਸੋਹਣਾ ਹੈ ਸੋਹਣਾ ਰੋਟੀ ਬਣ ਗਈ ਰੋਟੀ ਹਾਂਜੀ ਮੈਂ ਕਿਹਾ ਜੀ ਮੇਰੀ ਗੱਲ ਸੁਣੋ ਇੱਕ ਹਾਂ ਦੱਸ ਮੈਂ ਇਹ ਕਹਿ ਰਹੀ ਸੀ ਕਿ ਆਪਾਂ ਰੌਣਕ ਨੂੰ ਸਕੂਲੇ ਪਾ ਦਈਏ ਸਕੂਲ ਸੁੱਖ ਦੇ ਵਿਆਹ ਦਾ ਖਰਚਾ ਤੇ ਹੁਣ ਲੱਥਾ 3-4 ਸਾਲਾਂ ਦੀ ਹੋ ਗਈ ਹੈ ਗੁੜੀਆ ਆਪਣੀ ਹੁਣ ਤੇ ਆਪਾਂ ਸਕੂਲੇ ਪਾ ਦਈਏ ਤਾਂ ਹੀ ਆਪਣਾ ਅਜੇ ਪੈਸੇ ਚਾਰ ਕੇ ਬਣਾ ਲੈਂਦੇ ਫਿਰ ਇਹਨੂੰ ਸਕੂਲ ਵਧੀਆ ਸਕੂਲ ਪਾ ਦਾਂਗੇ ਠੀਕ ਹੈ ਦੇਖ ਲਓ ਜਿਵੇਂ ਤੁਸੀਂ ਕਹਿੰਦੇ ਜੀ ਚਲ ਠੀਕ ਹੈ ਚੰਗਾ ਹਰਮਨ ਚਾਹਤਾ ਠੀਕ ਜੀ ਜੀ ਹੋਰ ਮੰਜੀ ਪਾ ਕੀ ਹਾਲ ਆ ਉਹ ਬੱਲੇ ਕਿਦਾਂ ਹਰ ਵਾਹ ਵਧੀਆ ਵਧੀਆ ਯਾਰ ਪੱਖਾ ਠੀਕ ਕਰਦੇ ਯਾਰ ਹਟ ਪੱਖਾ ਯਾਰ ਤੇਰਾ ਠੀਕ ਹੋ ਗਿਆ ਬਸ ਥੋੜਾ ਜਿਹਾ ਕੰਮ ਰਹਿ ਗਿਆ ਇਹਦਾ ਅੱਛਾ ਅੱਛਾ ਤੇ ਸ਼ਾਮਾਂ ਨੂੰ ਆਣ ਕੇ ਲੈ ਜੀ ਕੱਲ ਪਰਸੋਂ ਤੱਕ ਕਰ ਦੇਗਾ ਫਿਰ ਸ਼ਾਮਾਂ ਤੱਕ ਹੋ ਜਾਣਾ ਸ਼ਾਮਾਂ ਤੱਕ ਆਣ ਕੇ ਲੈ ਕਰਦੀ ਆ ਗਰਮੀ ਬਹੁਤ ਹੈ ਯਾਰ ਕੋਈ ਨਹੀਂ ਸੁੱਖ ਹਾਂਜੀ ਕੀ ਹੋਇਆ ਉਦਾਸ ਜੀ ਬੈਠੀ ਹੈ ਨਹੀਂ ਕੁਛ ਨਹੀਂ ਤਬੀਅਤ ਨਹੀਂ ਸੱਟ ਸੀਗੀ ਮੇਰੀ ਦਵਾਈ ਲੈ ਲੈਣੀ ਸੀ ਫਿਰ ਖਾਧੀ ਸੀ ਹੌਲੀ ਹੌਲੀ ਫਰਕ ਪੈ ਜੂ ਚੱਲ ਠੀਕ ਹੈ ਮੈਂ ਨਾ ਕੰਮ ਜਿਹਾ ਜਾ ਰਿਹਾ ਸੀ ਸ਼ਾਮ ਤੱਕ ਆਵਾਂਗਾ ਤੂੰ ਆਪਣਾ ਧਿਆਨ ਰੱਖੀ ਠੀਕ ਆ ਜੇ ਕੋਈ ਦਿੱਕਤ ਹੋਵੇ ਨਾ ਬੇਬੇ ਨੂੰ ਦੱਸ ਦੀ ਠੀਕ ਆ ਕਹਿ ਦੂੰ ਹੁਣ ਮੈਂ ਇਹਨਾਂ ਨੂੰ ਕਿਵੇਂ ਦੱਸਾਂ ਕਿ ਇਹਨਾਂ ਦੇ ਮੰਮੀ ਡੈਡੀ ਮੈਨੂੰ ਰੋਜ਼ ਤੰਗ ਕਰਦੇ ਆ ਗੱਡੀ ਲਈ ਮੈਂ ਤਾਂ ਵੀਰੇ ਨੂੰ ਵੀ ਨਹੀਂ ਕਹਿ ਸਕਦੀ ਉਹ ਵੀ ਪਤਾ ਨਹੀਂ ਕਿਹੜੇ ਹਾਲਾਤਾਂ 'ਚੋਂ ਲੰਘ ਰਹੇ ਹੋਣੇ ਆ ਕਿਵੇਂ ਦੁਖੀ ਕਰਦਾ ਉਹਨਾਂ ਨੂੰ ਦੇਖ ਲੈ ਬੇਬੇ ਸਵੇਰ ਦੀ ਮਹਾਰਾਣੀ ਬਣ ਕੇ ਸੁੱਤੀ ਪਈ ਆ ਜਦੋਂ ਦਾ ਗੱਡੀ ਨੂੰ ਕਿਹਾ ਨਾ ਪਤਾ ਨਹੀਂ ਕੀ ਸੱਪ ਸੁੰਘ ਗਿਆ ਕੀ ਦੱਸਾਂ ਮੈਂ ਦਾ ਸਵੇਰ ਦੇ ਨਾ ਕੰਮ ਨਾ ਧੰਦਾ ਅੰਦਰ ਵੜ ਕੇ ਪਈ ਹੋਈ ਸਵੇਰ ਦੀ ਨਾ ਦੱਸਦੀ ਚੁੱਪ 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 ਕਰ ਵੀਰ ਆ ਗਿਆ ਕੀ ਹਾਲ ਆ ਬੇਬੇ ਕੁਛ ਨਹੀਂ ਬੇਟਾ ਕਈ ਗੱਲ ਦੱਸਾਂ ਤੈਨੂੰ ਮੈਂ ਬਾਪੂ ਕਿੱਥੇ ਹੈ ਬਾਪੂ ਤਾਂ ਖੇਤਾਂ ਨੂੰ ਗਏ ਸਵੇਰ ਦੇ ਅੱਛਾ ਅੱਜ ਕਾਲਜ ਨਹੀਂ ਗਈ ਬਸ ਵੀਰੇ ਮੇਰੀ ਤਬੀਅਤ ਸਹੀ ਨਹੀਂ ਸੀ ਤਾਂ ਕਰਕੇ ਅੱਛਾ ਅੱਛਾ ਚੱਲ ਠੀਕ ਹੈ ਗਰਮੀ ਵੀ ਬਾਹਲੀ ਹੈ ਚੱਲ ਫਿਰ ਮੈਂ ਵੀ ਖੇਤ ਹੀ ਜਾਣਾ ਬਾਪੂ ਨੂੰ ਮਿਲਣਾ ਸੀ ਚਲੋ ਠੀਕ ਹੈ
ਸ਼ੁਕਰ ਹੈ ਵੀਰੇ ਨੇ ਕੁਛ ਸੁਣ ਨਹੀਂ ਲਿੱਤਾ। ਹੈ ਵੀ ਅੜ ਤਾਂ ਬੜਾ ਵਾ, ਹੁਣ ਤਾਂ ਜੇ ਸੁਣ ਲਿਆ ਤਾਂ ਪਤਾ ਨਹੀਂ ਕੀ ਕਰਦੇ ਨੇ। ਲੜਾਕਾ ਬਥੇਰਾ, ਮੈਂ ਤਾਂ ਨਹੀਂ ਕੁਛ ਉਹਨੂੰ ਨਿਆ ਆਖਿਆ ਹੋਵੇ, ਬਾਪੂ ਆਪਣੇ ਕਰਕੇ ਯਾਰ ਆਖੇ ਕਿ ਨਾ ਆਖੀ ਜਾ ਕੇ। ਦੇਖਤਾ ਸਹੀ ਕਿਵੇਂ ਮਹਾਰਾਣੀ ਬਣ ਕੇ ਸੁੱਤੀ ਆ ਭਾਬੀ। ਕੀ ਹੋ ਗਿਆ ਹੈਪੀ ਤੈਨੂੰ? ਸਾਰੇ ਘਰ ਦੇ ਕੰਮ ਪਏ ਐ ਤੇ ਤੂੰ ਇੱਥੇ ਆਰਾਮ ਨਾਲ ਪਈ ਆ। ਮੇਰੀ ਤਬੀਅਤ ਨਹੀਂ ਠੀਕ, ਤੂੰ ਕਰ ਲੈ ਕੰਮ ਅੱਜ। ਮੈਂ ਪੜ੍ਹਨਾ ਹੈ ਨਾ ਕਿ ਮੈਂ ਕੰਮ ਕਰਨਾ, ਤੈਨੂੰ ਕਾਹਦੇ ਵਾਸਤੇ ਲਿਆਂਦਾ ਸੀ? ਚੱਲ ਠੀਕ ਹੈ ਤੂੰ ਪੜ੍ਹ ਲੈ, ਮੈਂ ਕਰ ਲੈਂਦੀ ਕੰਮ। ਆ ਨਾਲੇ ਤਵੇ ਦੇ ਤਾਂ ਸਾਰੇ ਤੇਰੇ ਬਹਾਨੇ ਆ, ਜਦੋਂ ਤੈਨੂੰ ਬੇਬੇ ਨੇ ਗੱਡੀ ਵਾਸਤੇ ਕਿਹਾ ਨਾ ਉਦੋਂ ਤੈਨੂੰ ਸੱਪ ਸੁੰਘਿਆ। ਹੈਪੀ ਤੂੰ ਵੀ ਇਦਾਂ ਬੋਲਣ ਲੱਗ ਗਈ, ਜੇ ਤੂੰ ਨਹੀਂ ਮੈਨੂੰ ਸਮਝੇਂਗੀ ਤਾਂ ਹੋਰ ਕੌਣ ਸਮਝੇ? ਮੈਂ ਤੈਨੂੰ ਸਭ ਸਮਝਦੀ ਆ, ਖੇਖਣ ਕਰਦੀ ਆ, ਉਦੋਂ ਤੇ ਤੇਰੇ 'ਚ ਸਾਰੀਆਂ ਬਿਮਾਰੀਆਂ ਵੜੀਆਂ ਨੇ। ਚੱਲ ਠੀਕ ਹੈ ਮੈਂ ਕਰ ਲੈਂਦੀ ਕੰਮ। ਪਈ ਰਹਿੰਦੀ ਹੈ। ਮੈਂ ਵੀਰੇ ਨੂੰ ਕਿਹੜੇ ਮੂੰਹ ਨਾਲ ਕਹਿ ਦਾਂ, ਮਸਾਂ ਤਾਂ ਉਹਨਾਂ ਨੇ ਕਰਜ਼ਾ ਚੁੱਕ ਚੁਕਾ ਕੇ ਮੇਰਾ ਵਿਆਹ ਕੀਤਾ ਸੀ, ਇਹਨਾਂ ਨੂੰ ਟਰੱਕ ਭਰ ਭਰ ਕੇ ਦਾਜ ਦਿੱਤਾ ਵੀਰੇ ਨੇ, ਫਿਰ ਵੀ ਇਹਨਾਂ ਦੀ ਭੁੱਖ ਨਹੀਂ ਨਿਕਲਦੀ, ਅਜੇ ਵੀ ਗੱਡੀ ਦੀ ਮੰਗ ਕਰੀ ਜਾਂਦੇ ਆ। ਇਹਨਾਂ ਨੂੰ ਤਾਂ ਮੇਰੇ ਬੇਬੇ ਬਾਪੂ ਦੇ ਜਾਣ ਦਾ ਵੀ ਦੁੱਖ ਨਹੀਂ ਆ, ਇਹਨਾਂ ਨੂੰ ਤਾਂ ਸਿਰਫ ਦਾਜ ਦੀ ਪਈ ਆ। ਚੱਲ ਮਣਾ, ਇੱਥੇ ਤੈਨੂੰ ਕਿੰਨੇ ਸਮਝਣਾ ਮਾਂ ਪਿਓ ਤੋਂ ਬਿਨਾਂ, ਕੰਮ ਤਾਂ ਕਰਨੇ ਪੈਣੇ ਆ। ਕਿਵੇਂ ਆ ਬਾਪੂ, ਖੇਤ ਬੈਠੇ? ਹੋਰ, ਪੈਲੀ ਬੋਨ ਵਾਲੀ ਸੀ, ਮੈਂ ਸੀਰੀ ਨੂੰ ਕਹਿ ਕੇ ਹੁਣ ਪੈਲੀ ਬੁਹਾਈ ਆ। ਅੱਛਾ, ਹੋਰ ਆ, ਮੜੀ ਧੁੱਪ ਲੱਗ ਜੂਗੀ, ਪੈਲੀ ਵਧੀਆ ਬਣ ਜੂਗੀ, ਕੱਦੂ ਕੁੱਦੂ ਕਰਾਉਣਾ ਪੈਣਾ। ਚੱਲ ਉਹ ਬਾਪੂ ਪੈਸਿਆਂ ਦਾ ਕੀ ਬਣਿਆ ਫਿਰ? ਪੈਸਿਆਂ ਦਾ ਤਾਂ ਪੁੱਤ ਮੈਂ ਆੜਤੀਏ ਕੋਲ ਗਿਆ ਸੀ। ਅੱਛਾ, ਉਹਦਾ ਕਹਿੰਦਾ ਅਜੇ ਇੱਕ ਮਹੀਨਾ ਨਹੀਂ ਬਣਨੇ ਪੈਸੇ। ਬਾਪੂ ਫਿਰ ਔਖਾ ਹੋ ਜਾਣਾ, ਫਿਰ ਮਹੀਨਾ ਤਾਂ ਜ਼ਿਆਦਾ ਲੇਟ ਨਹੀਂ ਹੋ ਜਾਏਗਾ? ਫਿਰ ਹੁਣ ਆਪਾਂ ਕਰ ਵੀ ਕੀ ਸਕਦੇ ਹਾਂ, ਆੜਤੀਏ ਦੀ ਤਾਂ ਮੰਨਣੀ ਪੈਣੀ ਹੈ, ਅੱਗੇ ਆਪਾਂ ਝੋਨਾ ਵੀ ਲਾਉਣਾ, ਉੱਥੇ ਵੀ ਚਾਹੀਦੇ ਨੇ ਪੈਸੇ, ਆਪਾਂ ਮੇਰੀ ਸਲਾਹ ਮੈਂ ਇਕੱਠੀ ਫੜ ਲਿਆਵਾਂਗੇ। ਚੱਲ ਠੀਕ ਹੈ ਬਾਪੂ, ਜਿਵੇਂ ਤੇਰੀ ਮਰਜ਼ੀ। ਹੋਰ ਨਾਲ ਖਾਦ ਦਵਾਈਆਂ ਆ ਜਾਣਗੀਆਂ। ਚੱਲ ਠੀਕ ਹੈ। ਤੂੰ ਕਿੱਧਰ ਆਇਆ ਸੀ? ਮੈਂ ਤੇਰੇ ਕੋਲ ਹੀ ਆਇਆ ਸੀ ਬਾਪੂ। ਅੱਛਾ, ਚੱਲ ਠੀਕ ਹੈ, ਮੈਂ ਚੱਲਦਾ, ਕਿਤੇ ਕੰਮ ਜਾ ਜਾਣਾ ਸੀ। ਚੱਲ ਠੀਕ ਹੈ, ਮੈਂ ਵੀ ਹੁਣ ਘਰ ਹੀ ਜਾਣਾ, ਚੱਲੀਏ। ਚੱਲ ਆਇਆ, ਤੈਨੂੰ ਤਾਰ ਕੇ ਲੰਘ ਜਾਵਾਂਗਾ ਮੈਂ। ਚੱਲ ਠੀਕ ਹੈ। ਉੱਠੀ ਆ ਮਹਾਰਾਣੀ ਕਿ ਨਹੀਂ? ਜੇ ਉੜਦੀ ਕਿਤੇ ਸੀ ਮਾਤਾ, ਠਾਈ ਆ ਹੁਣ। ਕੀ ਆਉਂਦੀ ਆ? ਕਹਿਣਾ ਕੀ ਹੈ? ਕਹਿੰਦੀ ਮੇਰੀ ਤਬੀਅਤ ਠੀਕ ਨਹੀਂ ਹੈਗੀ। ਤਬੀਅਤ ਨੂੰ ਕੀ ਹੋਇਆ ਜੀ? ਬਸ ਬਹਾਨੇ ਬਹਾਨੇ ਲਾਈ ਜਾਂਦੀ, ਕੰਮ ਇਹਦੇ ਹੋਰ ਨੇ ਕਿਸੇ ਨੇ ਕਰਨਾ। ਬਾਪੂ ਵੀ ਆ ਗਿਆ। ਹਾਂਜੀ ਆ ਗਏ ਤੁਸੀਂ? ਹਾਂ ਆ ਗਿਆ। ਤੇ ਗੋਪੀ ਮਿਲਿਆ ਸੀਗਾ? ਹਾਂ ਗੋਪੀ ਮਿਲਿਆ ਸੀ। ਕੀ ਆਉਂਦਾ ਸੀ? ਬਸ ਉਹੀ ਕਹਿੰਦਾ ਮੈਨੂੰ ਗੱਡੀ ਰਵਾਓ। ਅੱਛਾ, ਤੁਸਾਂ ਕੀ ਕਿਹਾ? ਮੈਂ ਤਾਂ ਉਹਨੂੰ ਲਾਰਾ ਜਿਹਾ ਲਾਤਾ, ਮਹੀਨੇ ਮੈਂ ਕਿਹਾ ਮਹੀਨੇ ਨੂੰ ਦਊਗਾ ਆੜਤੀ ਆ ਪੈਸੇ। ਅੱਛਾ, ਚੱਲ ਚੰਗਾ ਹੋਇਆ, ਵਧੀਆ ਕੀਤਾ ਬਾਪੂ ਤੂੰ ਲਾਰਾ ਲਾਤਾ ਉਹਨੂੰ, ਆਪੇ ਆਪਣੇ ਪੇਕਿਆਂ ਤੋਂ ਲੈ ਕੇ ਆਊਗੀ ਗੱਡੀ, ਆਪਾਂ ਕਿਉਂ ਆਪਣੇ ਪੈਸੇ ਖਰਾਬ ਕਰੀਏ। ਚੱਲ ਠੀਕ ਹੈ ਹੈਪੀ, ਮੈਂ ਵੀ ਥੱਕ ਗਿਆ ਹਾਂ ਖੇਤੋਂ, ਚਾਹ ਬਣਾਉਂ ਮੇਰੇ ਵਾਸਤੇ ਘੁੱਟ ਕੇ। ਹੈ ਉੱਠਦੀ ਆ ਮਹਾਰਾਣੀ? ਮੈਂ ਕਮਰੇ 'ਚ ਪੈਂਦਾ। ਠੀਕ ਹੈ ਬਾਪੂ, ਚੱਲ ਇਹ ਤਾਂ ਬੜਾ ਵਧੀਆ ਕਰਤਾ ਬਾਪੂ ਨੇ ਲਾਰਾ ਲਾਤਾ, ਚੰਗਾ ਹੀ ਹੋ ਗਿਆ, ਵਧੀਆ ਕੀਤਾ, ਟਾਲਤਾ ਲਾਰਾ ਲਾਤਾ, ਆਪ ਹੀ ਲਿਆਊਗੀ ਪੇਕਿਆਂ ਤੋਂ, ਸਾਨੂੰ ਕੀ ਲੱਗਿਆ। ਭਾਬੀ ਹਾਂ, ਬਾਕੀ ਕੰਮ ਬਾਅਦ ਚੋਂ ਕਰ ਲਿਓ, ਪਹਿਲਾਂ ਬਾਪੂ ਨੂੰ ਚਾਹ ਬਣਾ ਦਿਓ। ਠੀਕ ਹੈ, ਬਣਾ ਦਿੰਦੀ। ਹਾਂਜੀ, ਕਿਵੇਂ ਜਿਹੜਾ ਲੱਗਾ ਜੀ? ਤਾਂ ਬਹੁਤ ਦਿਨਾਂ ਬਾਅਦ ਆਏ ਜੀ। ਵਧੀਆ, ਬਸ ਕੰਮ ਕਾਰਾਂ 'ਚ ਰੁੱਝੇ ਰਹਿੰਦੇ ਹਾਂ, ਘਰੋਂ ਟਾਈਮ ਹੀ ਨਹੀਂ ਮਿਲਦਾ। ਟਾਈਮ ਤਾਂ ਇੱਤਰਾ ਹੀ ਆ, ਫਿਰ ਘਰੋਂ ਫਿਰ ਜੇ ਸਾਰੇ ਆਉਂਦੇ ਹੁੰਦੇ ਕੰਮ ਜੋ ਹੋਏ। ਹਾਂਜੀ, ਹੋਰ ਸਭ ਠੀਕ ਠਾਕ? ਹਾਂਜੀ ਸਭ ਵਧੀਆ। ਹੋਰ ਤੁਹਾਡੀ ਨੂੰਹ ਠੀਕ ਆ? ਠੀਕ ਠਾਕ, ਆਉਂਦੀ ਆ, ਕੁਛ ਨਹੀਂ ਆ। ਹੋਰ ਕੰਮ ਕਾਰ ਕਰੀ ਜਾਂਦੀ ਆ? ਨਾ, ਕੰਮ ਕਾਰ ਇੱਤਰਾ ਹੀ ਮਾੜਾ ਮੋਟਾ ਕਰ ਲਿਆ ਤਾਂ ਪੈ ਗਈ, ਲੰਮੀ ਮਾੜਾ ਮੋਟਾ ਕਰ ਲਿਆ ਲੰਮੀ ਪੈ ਗਈ, ਕੁਛ ਨਹੀਂ, ਕੰਮ ਕਾਰ ਨਹੀਂ ਕਰਦੇ, ਦੁਖੀ ਬੜਾ ਹੋਇਆ। ਹਾਂਜੀ, ਹੋਰ ਤੁਹਾਡੀ ਨੂੰਹ ਗੱਡੀ ਲਿਆਈ ਆ ਫਿਰ?
ਨਾ ਗੱਡੀ ਕਿੱਥੇ ਸਾਡੀ ਨਾ ਸਾਡੀ ਕਿਸਮਤ ਕਿੱਥੇ ਇਹੋ ਜਿਹੀ ਵਿਖਦੀ ਨਹੀਂ ਤਾਂ ਹੀ ਖੜੀ ਕਿਤੇ ਵੀ ਗੱਡੀ ਆਉਂਦੇ ਰਹੇ ਸਾਲ ਹੋ ਗਿਆ ਵਿਆਹ ਨੂੰ ਅਜੇ ਤੱਕ ਗੱਡੀ ਨਹੀਂ ਆਈ ਆਖੀ ਰਾਤ ਦੇ ਜਵਾਬ ਨਹੀਂ ਦਿੰਦੀ ਗਾੜੀਆਂ ਲੈ ਜਿੱਥੇ ਮੈਂ ਕਹਿੰਦੀ ਸੀ ਗੋਪੀ ਦਾ ਰਿਸ਼ਤਾ ਉਹਨਾਂ ਨੇ ਅਰਡੀ ਕੁੜੀ ਨੂੰ ਗੱਡੀ ਦਿੱਤੀ ਆ ਭੈਣੇ ਸਾਡੀ ਕਿਸਮਤ ਸਾਡੇ ਨਾਲ ਸਾਡੇ ਕਰਮਾ ਚ ਹੁੰਦੀ ਆ ਨਾ ਜਾਂਦੀ ਗੱਡੀ ਫਿਰ ਹੁਣ ਹੀ ਆ ਜਾਂਦੀ ਹੁਣ ਵੀ ਨਹੀਂ ਕੁਛ ਵੀ ਨਹੀਂ ਦਿੰਦੇ ਨੀ ਮੰਗਾਉਣੀ ਤੇਰੇ ਕੋ ਹੀ ਆ ਅਸੀਂ ਘਰੋਂ ਲਿਆਉਣੀ ਨੀ ਤੇਰੇ ਕੋ ਮੰਗਾਵਾਂਗੇ ਗੱਡੀ ਮੈਂ ਕਰਦੀ ਗੱਲ ਕਰ ਕੀ ਕਰਨ ਦੀਆਂ ਨੇ ਉੱਠ ਉੱਠ ਤੈਨੂੰ ਕੀ ਅੱਗੇ ਮੈਂ ਆਖਿਆ ਮੈਂ ਗੱਡੀ ਲੈ ਕੇ ਆਈ ਜਦੋਂ ਆਉਣਾ ਹੁਣ ਤੂੰ ਉਹਨੂੰ ਤੇ ਗਈ ਨਹੀਂ ਆਉਂਦੀ ਨਹੀਂ ਪੇਕੇ ਆਪਣੇ ਨੂੰ ਕਿਤੇ ਮੈਂ ਜੀ ਨਾ ਦੁਖੀ ਕਰੋ ਹੋਰ ਮੈਨੂੰ ਦੁਖੀ ਕਿਉਂ ਨਾ ਕਰੀ ਦੁਖੀ ਆਈ ਕਰਨ ਨੇ ਗੱਡੀ ਸਾਨੂੰ ਲਿਆ ਸਾਡੀ ਚਾਹੀਦੀ ਗੱਡੀ ਜਿਹੜੀ ਆ ਸੁਣਦੇ ਕਿ ਨਹੀਂ ਗੱਡੀ ਲੈ ਕੇ ਆਈ ਤੇ ਨਾ ਆਈ ਜਾ ਗੱਡੀ ਲੈ ਕੇ ਵੜੀ ਇੱਥੇ ਨਹੀਂ ਤਾਂ ਵੜੀ ਨਾ ਚੱਲ ਨਿਕਲ ਨਿਕਲ ਉੱਠ ਤੱਕ ਉੱਠ ਗੋਪੀ ਨੂੰ ਗੋਪੀ ਨੂੰ ਕੀ ਕਹਿਣਾ ਗੋਪੀ ਸਾਡੇ ਤੇ ਦਿਸ਼ੀ ਲੱਗਾ ਵਾ ਚੱਲ ਹੋ ਜਾਏਗਾ ਚੱਲ ਨਿਕਲ ਚੱਲ ਗੋਪੀ ਗੱਲ ਨੀ ਕਰਨੀ ਨਾ ਉਹਦੇ ਪਿਓ ਕੋ ਕਰਨੀ ਆਪਾਂ ਬਾਹਰ ਗੱਲ ਕੀਤੀ ਹੁਣ ਮੈਂ ਵੀਰੇ ਨੂੰ ਕਿਵੇਂ ਦੱਸੂਗੀ ਕਿ ਮੈਨੂੰ ਧੱਕੇ ਮਾਰ ਮਾਰ ਕੱਢਿਆ ਗਾ ਘਰੋਂ ਹੇ ਰੱਬਾ ਮੇਰੀ ਕਿਸਮਤ ਇੰਨੀ ਮਾੜੀ ਕਿਉਂ ਲਿਖੀ ਆ ਕੀ ਗੱਲ ਹੋਈ ਸੁੱਖ ਕਿਉਂ ਰੋਈ ਕੇ ਜਾ ਰਹੀ ਹੈ ਬੈਠੀ ਤੇ ਬੈਠ ਕੀ ਗੱਲ ਹੋਈ ਕੀ ਗੱਲ ਸੁੱਖ ਕੀ ਆ ਰੋਣ ਕਿਉਂ ਡਈ ਹੈ ਹੈ ਕੀ ਆ ਮੇਰੀ ਭੈਣ ਨੂੰ ਵੀਰੇ ਉਹ ਮੈਨੂੰ ਕਹਿੰਦੇ ਆ ਕਿ ਜਾਂ ਗੱਡੀ ਜਾਂ ਗੱਡੀ ਦੇ ਪੈਸੇ ਲੈ ਕੇ ਆ ਫਿਰ ਘਰੇ ਵੜੀ ਨਹੀਂ ਤਾਂ ਘਰੇ ਨਹੀਂ ਵੜਨ ਦੇਣਾ ਚੁੱਪ ਕਰ ਆਪਾਂ ਨੂੰ ਕੁਛ ਕਰਨਾ ਪੈਣਾ ਬਹੁਤ ਹੀ ਲਾਲਚੀ ਲੋਕ ਨੇ ਪਤਾ ਨਹੀਂ ਕਿਹੋ ਜਿਹੇ ਦਾਜ ਦੇ ਲਾਲਚੀ ਲੋਕ ਨੇ ਉਦੋਂ ਤਾਂ ਕਹਿੰਦੇ ਸਾਨੂੰ ਕੁਛ ਨਹੀਂ ਚਾਹੀਦਾ ਅਤੇ ਹੁਣ ਗੱਡੀ ਦੀ ਮੰਗ ਕਰ ਲਈ ਇਹਨੇ ਤੁਸੀਂ ਕੁਛ ਵੀ ਕਰਕੇ ਨਾ ਆਪ ਸੁੱਖ ਦਾ ਘਰ ਬਚਾਓ ਕੋਈ ਨਾ ਕਰਦਾ ਮੈਂ ਕੋਈ ਹੱਲ ਹਾਂਜੀ ਬਾਈ ਜੀ ਕਿਵੇਂ ਆਏ ਸੀ ਬਾਈ ਕੀ ਦੱਸਾਂ ਬੇਨਤੀ ਇੱਕ ਲੈ ਕੇ ਆਇਆ ਤੇਰੇ ਕੋਲ ਕੀ ਹੋ ਗਿਆ ਸੁੱਖ ਦੇ ਸਹੁਰੇ ਯਾਰ ਬਹੁਤ ਤੰਗ ਕਰਦੇ ਗੱਡੀ ਦੀ ਮੰਗ ਕਰਨ ਲਈ ਗੱਡੀ ਦੀ ਮੰਗ ਕਰਦੇ ਨੇ ਹਾਂਜੀ ਤੁਸੀਂ ਕਿਹਾ ਹੋਣਾ ਬਾਈ ਪਹਿਲਾਂ ਨਹੀਂ ਬਾਈ ਅਸੀਂ ਤਾਂ ਨਹੀਂ ਕਿਹਾ ਯਾਰ ਪਤਾ ਨਹੀਂ ਕੀ ਅੱਗੇ ਜਿੰਨਾ ਜੋ ਸਰਦਾ ਸੀ ਦਾਜ ਦਿੱਤਾ ਸੀ ਹੁਣ ਗੱਡੀ ਸਾਲ ਹੋ ਗਿਆ ਵਿਆਹ ਨੂੰ ਹੁਣ ਗੱਡੀ ਦੀ ਮੰਗ ਕਰਨ ਲੱਗ ਪਏ ਵਿਚੋਲੇ ਨੇ ਕਿਹਾ ਹੋਣਾ ਤਾਂ ਹੀ ਮੰਗ ਕਰਦੇ ਨੇ ਪਤਾ ਨਹੀਂ ਵਿਚੋਲੇ ਨੇ ਕਿਹਾ ਹੋਵੇ ਤੇ ਕਹਿ ਨਹੀਂ ਸਕਦੇ ਬਾਈ ਅੱਜ ਕੱਲ੍ਹ ਨਾ ਵਿਚੋਲੇ ਇੱਦਾਂ ਦੇ ਹੀ ਨੇ ਹਾਂਜੀ ਝੂਠ ਬੋਲਦੇ ਨੇ ਕੁਝ ਨਹੀਂ ਪਤਾ ਲੱਗਣ ਦਿੰਦੇ ਬੰਦੇ ਨੂੰ ਉਹੀ ਨਾ ਵਿਚੋਲੇ ਨੇ ਗੱਲ ਕੀਤੀ ਹੁਣ ਤਾਂ ਹੀ ਤਾਂ ਮੰਗਦੇ ਹੁਣ ਬਾਈ ਹੁਣ ਤੁਸੀਂ ਦੱਸੋ ਮੈਂ ਤੁਹਾਡੇ ਲਈ ਕੀ ਕਰ ਸਕਦਾ ਬੇਨਤੀ ਆ ਹੁਣ ਤੁਸੀਂ ਮਦਦ ਕਰੋ ਮੇਰੀ ਕੁਛ ਬਾਈ ਮੇਰੇ ਕੋਲ ਤਾਂ ਲੱਖ ਡੇਢ ਲੱਖ ਹੋਏਗਾ ਘਰੇ ਬਾਈ ਲੱਖ ਡੇਢ ਲੱਖ ਨਾਲ ਸਰਨਾ ਨਹੀਂ ਬਾਈ ਫਿਰ ਇੱਦਾਂ ਕਰ ਮੇਰੀ ਜ਼ਮੀਨ ਵਿਕਾ ਦੇ ਬਾਈ ਜ਼ਮੀਨ ਬਾਰੇ ਤਾਂ ਨਾ ਹੀ ਸੋਚੋ ਜ਼ਮੀਨ ਇੱਕ ਵਾਰ ਵਿਕ ਜੇ ਨਾ ਦੁਬਾਰਾ ਬਣਦੀ ਨਹੀਂ ਬਾਈ ਕੀ ਕਰਾਂ ਮੈਂ ਵੀ ਮਜਬੂਰ ਆ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਚੱਲ ਬਾਈ ਫਿਰ ਆਪਾਂ ਮੈਂ ਜਾ ਕੇ ਸਰਦਾਰਾਂ ਨਾਲ ਆਪਾਂ ਗੱਲ ਕਰਦੇ ਹਾਂ ਠੀਕ ਹੈ ਹਾਂ ਕਿਉਂਕਿ ਉਹਨਾਂ ਦੀ ਤੁਹਾਡੇ ਨਾਲ ਜ਼ਮੀਨ ਲੱਗਦੀ ਹੈ ਹਾਂਜੀ ਉਹ ਤਕੜੇ ਬੰਦੇ ਨੇ ਉਹ ਹੀ ਖਰੀਦ ਸਕਦੇ ਨੇ ਚਲੋ ਠੀਕ ਹੈ ਮੇਰਾ ਬਾਈ ਬਣ ਕੇ ਇੰਨਾ ਕੰਮ ਮੇਰਾ ਕਰਾ ਦਿਓ ਬੇਨਤੀ ਕਬੂਲ ਕਰ ਲਓ ਪਰ ਇੱਕ ਗੱਲ ਹੈ ਬਾਈ ਹਾਂਜੀ ਹੁਣ ਆਪਾਂ ਨੂੰ ਮਜਬੂਰੀ ਆ ਅੜੇ ਮੁੱਕੇ ਨਾ ਆਪਣਾ ਰੇਟ ਨਹੀਂ ਮਿਲਣਾ ਆਪਾਂ ਫਿਰ ਵੀ ਚੱਲ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਆਪਾਂ ਨੂੰ ਮਿਲ ਜੇ ਇੱਕ ਵਾਰੀ ਗੱਲ ਕਰਕੇ ਵੇਖ ਲਓ ਕੀ ਜਾਂਦੇ ਆ ਫਿਰ ਵੇਖ ਲੈਂਦੇ ਹਾਂ ਚਲੋ ਆ ਜਾਓ ਆਪਾਂ ਚੱਲਦੇ ਹਾਂ ਸਰਦਾਰਾਂ ਦੇ ਘਰ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹੋਰ ਮਿੰਟੂ ਬਾਈ ਕੀ ਹਾਲ ਹੈ ਵਧੀਆ ਜੀ ਵਧੀਆ ਠੀਕ ਠਾਕ
टाइम तो काफी हो गया, अद्धी रात नु किवें? पैसे देना आया है भाई जी। पैसे? हाँ जी। कादे पैसे भाई? रुपया 5 लाख सुख ने मंगाया है गड्डी वास्ते। सुख ने मंगाया गड्डी वास्ते? हाँ जी भाई, गड्डी तो लेनी है मैं, पर मैं अपने पैसे नहीं लवांगा, रब का दिता हुआ साढ़े को वादू भुज है। कल आई भाई सुख सुनाया लेके। सुख ये की सुन रहा मैं? मैं की कर दी जी फिर, मैनू रोज कुटते मारते सी, गड्डी की मांग करते सी फिर रोज ही। चल कोई ना भाजी, मैं बहुत शर्मिंदा, सानू माफ कर दियो, बेबे बापू नाल मैं अपने आप गल कर लांगा, ये पैसे तुसी लै जाओ। पैसे भाजी हुण मैं लै के आया, रख लो। नहीं 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 मिंटू भाई, कोई गल नहीं, तुसी पैसे लै जाओ, मैं अपने आप गड्डी लै लांगा अपने पैसों की। वेखियो कि फिर तो मेरी भैन नूं तंग कर। नहीं 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 तंग कर दे, मैं बेबे बापू नाल ना हुण ही गल करदा, तुसी रोटी पानी खाना दसो। बस भाई चल ठीक है भाई, ठीक है। बेबे तुसी सुख तो गड्डी की डिमांड की है? ना ना ये तो कुछ भी नहीं कहा। बस बेबे चुप रह, मैनू सब कुछ पता लग गया, तुहानू पता है दाज लेना ते दाज देना दोवें ही पाप हुंदे ने। गलती हो गई पुत्र साडे तों। गलती हो गई बापू, तुसीं सोचिया भी है कि अपने घर भी धी है, जदों आपां हैप्पी दा विआह करांगे जे उहनां ने गड्डी दी डिमांड कर ली ते आपां कित्थों देवांगे दसो। चल पुत, तुहानू माफ कर दिओ, असीं गांह तों नहीं आंदे कुछ वी, हुण असीं अपनी धी बना के रखांगे, साडी गलती हो गई जिहड़ी मंग लिया सी। सब कुछ दस्या सुख ने बेबे मैनू, तुसी कुट्टिया मारिया भी है। गलती हो गया, असीं तुहाडे कोल माफी मंगदे, गां नहीं इहो जी गल हुंदी धी बना के। बेबे गलती तां मेरे तों हो गई, जिहड़ा मैं गड्डी बारे तुहानूं कहता, मैनू कोई गड्डी नहीं चाहीदी, इन्नी जमीन इन्नी जायदाद दसो की करना है, कल्ला कल्ला मुंडा मैं तुहाडा। चल माफ कर दे पुत सानूं, अगे तों इह गलती नहीं होएगी। ठीक है बापू,